75 ਸਾਲਾਂ ਦੀ ਉਮਰ 'ਚ ਹੋਇਆ ਪਿਆਰ 60 ਸਾਲਾਂ ਦੀ ਦਾਦੀ 'ਤੇ ਆਇਆ ਇਸ ਬਜ਼ੁਰਗ ਦਾ ਦਿਲ। ਦੋਹਾਂ ਦੇ ਜੀਵਨ ਸਾਥੀਆਂ ਦੀ ਹੋ ਚੁੱਕੀ ਹੈ ਮੌਤ। ਕਿਸੇ ਨੇ ਠੀਕ ਹੀ ਕਿਹਾ ਕਿ ਪਿਆਰ ਦੀ ਨਾ ਹੀ ਕੋਈ ਉਮਰ ਹੁੰਦੀ ਹੈ ਤੇ ਨਾ ਹੀ ਕੋਈ ਸਮਾਂ। ਤਾਂ 75 ਸਾਲਾਂ ਦਾ ਬਜ਼ੁਰਗ ਜੋ ਕਿ ਆਪਣੇ ਵਿਆਹ ਦੇ ਉੱਤੇ ਦੇਖੋ ਕਿਵੇਂ ਧੂੜਾ ਪੱਟੀ ਆਉਂਦਾ ਏ, ਨੱਚ ਨੱਚ ਕੇ ਬਾਬੇ ਨੇ ਸਟੇਜ ਦੀਆਂ ਧੂੜਾ ਪੱਟ ਦਿੱਤੀਆਂ। ਦੱਸਦੀ ਹੈ ਕਿ 75 ਸਾਲਾਂ ਦੇ ਸਾਹਿਬਾ ਬਾਈ ਡਾਮੋਰ ਇਸ ਦਾ ਨਾਮ ਹੈ, ਜਿਸ ਦਾ 60 ਸਾਲਾਂ ਦੀ ਕੁੱਕੂ ਬੇਨ 'ਤੇ ਦਿਲ ਆ ਗਿਆ। ਦਰਅਸਲ ਦੋਹਾਂ ਦਾ ਪਹਿਲਾਂ ਵਿਆਹ ਹੋ ਚੁੱਕਾ ਸੀ, ਦੋਹਾਂ ਦੇ ਜੀਵਨ ਸਾਥੀਆਂ ਦੀ ਮੌਤ ਹੋ ਚੁੱਕੀ ਸੀ, ਜਿਸ ਤੋਂ ਬਾਅਦ ਦੋਨੋਂ ਇੱਕ ਦੂਸਰੇ ਨੂੰ ਜਾਣਨ ਲੱਗੇ ਅਤੇ ਇੱਕੋ ਹੀ ਪਿੰਡ ਦੇ ਅਮੇਠੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਦੋਹਾਂ ਨੇ ਇੱਕ ਦੂਜੇ ਦੇ ਨਾਲ ਵਿਆਹ ਦੀ ਗੱਲ ਕੀਤੀ। ਪਹਿਲਾਂ ਤਾਂ ਦੋਹੇ ਡਰ ਗਏ ਕਿ ਲੋਕ ਕੀ ਕਹਿਣਗੇ। ਬਾਅਦ ਦੇ ਵਿੱਚ ਜਦ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪੂਰਾ ਪਿੰਡ ਵਿਆਹ ਦੇ ਵਿੱਚ ਆਇਆ। ਹਰੇਕ ਬੰਦੇ ਨੇ ਖੁਸ਼ੀ ਦੇ ਨਾਲ ਦੋਹਾਂ ਦਾ ਵਿਆਹ ਕਰਵਾਇਆ। ਤਾਂ ਦੇਖੋ ਕਿਵੇਂ ਵਿਆਹ ਦੇ ਉੱਤੇ ਇਹਨਾਂ ਦੀ ਰੌਣਕ ਲੱਗੀ ਹੈ। ਗੁਜਰਾਤ ਦੇ ਮਹੀਸਾਗਰ ਜ਼ਿਲ੍ਹੇ ਦਾ ਇਹ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ ਹੈ, ਜਿੱਥੇ 75 ਸਾਲਾਂ ਦੇ ਬਾਬੇ ਨੇ 60 ਸਾਲਾਂ ਦੀ ਬਜ਼ੁਰਗ ਨਾਲ ਵਿਆਹ ਕਰਵਾਇਆ ਹੈ। 75 ਸਾਲਾਂ ਦੀ ਉਮਰ 'ਚ ਹੋਇਆ ਪਿਆਰ 60 ਸਾਲਾਂ ਦੀ ਦਾਦੀ 'ਤੇ ਆਇਆ ਇਸ ਬਜ਼ੁਰਗ ਦਾ ਦਿਲ। ਦੋਹਾਂ ਦੇ ਜੀਵਨ ਸਾਥੀਆਂ ਦੀ ਹੋ ਚੁੱਕੀ ਹੈ ਮੌਤ। ਕਿਸੇ ਨੇ ਠੀਕ ਹੀ ਕਿਹਾ ਕਿ ਪਿਆਰ ਦੀ ਨਾ ਹੀ ਕੋਈ ਉਮਰ ਹੁੰਦੀ ਹੈ ਤੇ ਨਾ ਹੀ ਕੋਈ ਸਮਾਂ। ਤਾਂ 75 ਸਾਲਾਂ ਦਾ ਬਜ਼ੁਰਗ ਜੋ ਕਿ ਆਪਣੇ ਵਿਆਹ ਦੇ ਉੱਤੇ ਦੇਖੋ ਕਿਵੇਂ ਧੂੜਾ ਪੱਟੀ ਆਉਂਦਾ ਏ, ਨੱਚ ਨੱਚ ਕੇ ਬਾਬੇ ਨੇ ਸਟੇਜ ਦੀਆਂ ਧੂੜਾ ਪੱਟ ਦਿੱਤੀਆਂ। ਦੱਸਦੀ ਹੈ ਕਿ 75 ਸਾਲਾਂ ਦੇ ਸਾਹਿਬਾ ਬਾਈ ਡਾਮੋਰ ਇਸ ਦਾ ਨਾਮ ਹੈ, ਜਿਸ ਦਾ 60 ਸਾਲਾਂ ਦੀ ਕੁੱਕੂ ਬੇਨ 'ਤੇ ਦਿਲ ਆ ਗਿਆ। ਦਰਅਸਲ ਦੋਹਾਂ ਦਾ ਪਹਿਲਾਂ ਵਿਆਹ ਹੋ ਚੁੱਕਾ ਸੀ, ਦੋਹਾਂ ਦੇ ਜੀਵਨ ਸਾਥੀਆਂ ਦੀ ਮੌਤ ਹੋ ਚੁੱਕੀ ਸੀ, ਜਿਸ ਤੋਂ ਬਾਅਦ ਦੋਨੋਂ ਇੱਕ ਦੂਸਰੇ ਨੂੰ ਜਾਣਨ ਲੱਗੇ ਅਤੇ ਇੱਕੋ ਹੀ ਪਿੰਡ ਦੇ ਅਮੇਠੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਦੋਹਾਂ ਨੇ ਇੱਕ ਦੂਜੇ ਦੇ ਨਾਲ ਵਿਆਹ ਦੀ ਗੱਲ ਕੀਤੀ। ਪਹਿਲਾਂ ਤਾਂ ਦੋਹੇ ਡਰ ਗਏ ਕਿ ਲੋਕ ਕੀ ਕਹਿਣਗੇ। ਬਾਅਦ ਦੇ ਵਿੱਚ ਜਦ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪੂਰਾ ਪਿੰਡ ਵਿਆਹ ਦੇ ਵਿੱਚ ਆਇਆ। ਹਰੇਕ ਬੰਦੇ ਨੇ ਖੁਸ਼ੀ ਦੇ ਨਾਲ ਦੋਹਾਂ ਦਾ ਵਿਆਹ ਕਰਵਾਇਆ। ਤਾਂ ਦੇਖੋ ਕਿਵੇਂ ਵਿਆਹ ਦੇ ਉੱਤੇ ਇਹਨਾਂ ਦੀ ਰੌਣਕ ਲੱਗੀ ਹੈ। ਗੁਜਰਾਤ ਦੇ ਮਹੀਸਾਗਰ ਜ਼ਿਲ੍ਹੇ ਦਾ ਇਹ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ ਹੈ, ਜਿੱਥੇ 75 ਸਾਲਾਂ ਦੇ ਬਾਬੇ ਨੇ 60 ਸਾਲਾਂ ਦੀ ਬਜ਼ੁਰਗ ਨਾਲ ਵਿਆਹ ਕਰਵਾਇਆ ਹੈ।